ਵੀ ਆਪਣਾ ਕੰਮ ਖਤਮ ਹੋ ਗਿਆ ਆ ਪਿੱਛੇ ਆ ਸਦਾਈ ਸਾਡੇ ਨਾਲ ਤੁਰਿਆ ਆ ਇਹਨੂੰ ਪਤਾ ਨਹੀਂ ਹੈ ਕੀ ਬੋਲਣਾ ਇਹ ਫੱਟੀ ਫਰਾਉਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਆਏ ਹਾਂ ਖੇਤਾਂ 'ਚ ਕੰਮ ਕਰਨ ਸ਼ਾਮ ਦਾ ਟਾਈਮ ਆ ਉਹ ਪਿੱਛੇ ਚੱਲਦਾ ਜੌਨ ਡੀਅਰ ਬਾਜੀ ਹੁਣੇ ਲੱਗੇ ਆ ਜਵੀ ਵੱਢਣ ਜਵੀ ਵੱਢ ਕੇ ਬਾਅਦ 'ਚ ਇਹਦਾ ਰੋਲ ਬਣਾਉਣਾ ਤੁਹਾਨੂੰ ਦਿਖਾਲਦੇ ਹਾਂ ਉਹ ਮਸ਼ੀਨ ਅੱਜ ਇੱਕ ਹੋਰ ਲਿਆਂਦੀ ਆ ਜਿਹੜਾ ਪਹਿਲਾ ਬਲੌਗ ਤੁਸੀਂ ਦੇਖਿਆ ਉਹਦੇ ਵਿੱਚ ਸੀਗਾ ਜਿੱਦਾਂ ਕਈ ਵੇਲੇ ਜਿੱਦਾਂ ਮੀਂਹ ਪੈ ਗਿਆ ਸੀਗਾ ਪੱਠਿਆਂ ਦੇ ਉੱਤੇ ਉਹਦਾ ਫਰਾਲੀ ਕੀਤੀ ਸੀਗੀ ਅਤੇ ਉਹਦੇ ਨਾਲ ਇੱਦਾਂ ਹੁੰਦਾ ਆ ਕਿ ਫਿਰ ਉਹ ਸੁੱਕ ਜਾਂਦਾ ਬਾਅਦ 'ਚ ਰੋਲ ਬਣਾਉਣੇ ਹੁੰਦੇ ਆ ਇਸ ਤੋਂ ਬਾਅਦ ਨਾਲ ਹੀ ਆਹ ਤਾਂ ਫਾਰਮ ਦੇ ਨਾਲ ਹੀ ਖੇਤ ਆ ਤੁਹਾਨੂੰ ਫਾਰਮ ਵੀ ਮੈਂ ਦਿਖਾਲਦਾ ਜਿੱਥੇ ਅਸੀਂ ਕੰਮ ਕਰਦੇ ਹਾਂ ਲਓ ਵੀ ਅੱਜ ਆਪਾਂ ਫਿਰ ਤੁਹਾਨੂੰ ਦਿਖਾਲਣ ਲੱਗੇ ਹਾਂ ਆ ਜਵੀ ਆ ਜਵੀ ਵੱਢਣੀ ਆ ਮਸ਼ੀਨ ਲਿਆਉਂਦੀ ਆ ਲੱਗੀ ਆ ਚੱਲਣ ਇਹਨੇ ਬਸ 10-15 ਮਿੰਟ ਜੀ ਸਾਰਾ ਖੇਤ ਲਾਹ ਮਾਰਨਾ ਉਹ ਦੇਖਿਓ ਇੱਕ ਵਾਰ 'ਚ ਹੀ ਫਾਂਟ ਲੈ ਜਾਂਦੀ ਆ ਸਾਰੀ ਵੱਢ ਕੇ ਨਾਲੇ ਵਧੀਆ ਸਿਸਟਮ ਆ ਇਹ ਆ ਸਾਰਾ ਵੱਢਣਾ ਖੇਤ ਅੱਜ ਸ਼ਾਮ ਨੂੰ ਠੰਡੇ ਹੋਏ ਲੱਗਦੇ ਹੁੰਦੇ ਭਾਅ ਜੀ ਹੁਣੇ ਇਸ ਤੋਂ ਬਾਅਦ ਇਹਦੇ ਇਹਨੂੰ ਇਕੱਠਾ ਕਰਨਾ ਇਹਦੇ ਬਾਲੇ ਬਣਾਉਣੇ ਬਾਲੇ ਕਹਿੰਦਾ ਭਾਵ ਕਿ ਇਹਨੂੰ ਉਹ ਕਰਨਾ ਇਕੱਠਾ ਕਰਕੇ ਗੋਲ ਜਿਹੜੇ ਕਰਦੇ ਨਹੀਂ ਹੁੰਦੇ ਰੋਲ ਜਿਹੇ ਬਣਾ ਕੇ ਰੱਖਣੇ ਇਹਦੇ ਆ ਸਾਰੇ ਖੇਤ ਦੇ ਉਹ ਜਦੋਂ ਸੁੱਕ ਗਏ ਉਦੋਂ ਬਣਾ ਦੇਣੇ ਆ ਇਹ ਆਹ ਦੇਖੋ ਇੱਕ ਵਾਰ 'ਚ ਹੀ ਲੈ ਗਈ ਫਾਂਡ ਸਾਰੀ ਇੰਨੀ ਉਹ ਫਾਰਮ ਆ ਜੀ ਜਿੱਥੇ ਅਸੀਂ ਕੰਮ ਕਰਦੇ ਹਾਂ ਹਜੇ ਨਵੀਂ ਸ਼ੈੱਡ ਪੈਂਦੀ ਪਈ ਆ ਇੱਥੇ ਟੀਨਾ ਪਾਉਣੀਆਂ ਜਿਹੜੀਆਂ ਉੱਪਰੋਂ ਗਾਈਆਂ ਇੱਥੇ ਲੈ ਕੇ ਆਉਣੀਆਂ ਥੱਲੇ ਅਤੇ ਆਹ ਥੱਲੜਾ ਹਿੱਸਾ ਬਾਕੀ ਉੱਪਰਲਾ ਹਿੱਸਾ ਉੱਧਰ ਅੱਗੇ ਆ ਸਾਰਾ ਫਾਰਮ ਹੀ ਆ ਇੱਥੇ ਜਿੰਨੇ ਵੀ ਏਰੀਏ ਦੇ ਵਿੱਚ ਸਾਰੇ ਫਾਰਮ ਹੀ ਆ ਬਾਕੀ ਤੁਹਾਨੂੰ ਦੱਸ ਦਈਏ ਫਾਰਮਾਂ 'ਚ ਜਿਹੜੇ ਪੇਪਰ ਜਿੱਦਾਂ ਆਪਾਂ ਆਉਂਦੇ ਹਾਂ ਇੱਥੇ ਗਰੀਸ ਦੇ ਵਿੱਚ ਉਹ 6-6 ਮਹੀਨੇ ਦੇ ਕਰਕੇ ਪੇਪਰ ਬਣਾਉਂਦੇ ਆ ਇੱਥੇ ਮਾਲਕ ਜਿਹੜੇ ਵੀ ਹੁੰਦੇ ਕਿਸੇ ਵੀ ਤੁਸੀਂ ਫਾਰਮ ਵਿੱਚ ਕੰਮ ਕਰਦੇ ਆ ਤਾਂ ਤੁਹਾਡੇ ਪਹਿਲਾਂ 6 ਮਹੀਨੇ ਦੇ ਪੇਪਰ ਬਣਨੇ ਭਾਵੇਂ ਤੁਸੀਂ 2 ਨੰਬਰ 'ਚ ਆਉਂਦੇ ਆ 1 ਨੰਬਰ 'ਚ ਆ ਕੇ ਤਾਂ ਚਲੋ ਆਪਣੇ ਪੇਪਰ ਬਣੀ ਜਾਂਦੇ ਜੇ ਕੋਈ 2 ਨੰਬਰ ਵਿੱਚ ਆਉਂਦਾ ਪਹਿਲਾਂ 6 ਮਹੀਨੇ ਦੇ ਪੇਪਰ ਬਣਦੇ 6-6 ਮਹੀਨੇ ਬਾਅਦ ਰੀਨਿਊ ਹੁੰਦੇ ਰਹਿੰਦੇ ਆ ਅਤੇ ਉਹ ਮਾਲਕ ਫਾਰਮ ਵਾਲਾ ਹੀ ਬਣਾ ਕੇ ਦਿੰਦਾ ਆ ਉਹ ਮੈਂ ਇੱਕ ਪੂਰਾ ਬਲੌਗ ਬਣਾਊਂਗਾ ਉਹਦੇ ਵਿੱਚ ਦੱਸਾਂਗਾ ਕਿੱਦਾਂ ਬਣਦੇ ਆ ਉਹ ਵਾਲੇ ਠੀਕ ਹੈ ਜੀ ਬਾਕੀ ਹਜੇ ਤਾਂ ਆਹ ਖੇਤਾਂ ਵਿੱਚ ਆਏ ਹਾਂ ਕੰਮ ਕਰਨ ਅਤੇ ਵੇਖੋ ਉੱਧਰ ਤੁਹਾਨੂੰ ਦਿਖਾਲਦੇ ਹਾਂ ਹੋਰ ਸਿਸਟਮ ਬੜਾ ਹੈਵੀ ਟਰੈਕਟਰ ਆ 1 ਘੰਟੇ 'ਚ 8-9 ਲੀਟਰ ਤੇਲ ਖਾ ਜਾਂਦਾ ਪਰ ਜ਼ਿਆਦਾ ਇੱਧਰ ਜੌਨ ਡੀਅਰ ਹੀ ਚੱਲਦੇ ਆ ਲੋ ਵੀ ਤੁਹਾਨੂੰ ਦੱਸ ਦਈਏ ਰਾਤ ਦੇ 8 ਵੱਜ ਗਏ ਆ ਅਤੇ ਸੂਰਜ ਦੇਖ ਲਓ ਹਜੇ ਕਿੰਨਾ ਖੜਿਆ ਆ ਸਾਰੇ ਪਾਸੇ ਦਿਨੇ ਹੀ ਆ ਆਪਣੇ ਪੰਜਾਬ 'ਚ ਟਾਈਮ ਹੋ ਗਿਆ ਹੁਣ ਆ 10:30 ਇਹ 9:30-10 ਵਜੇ ਆ ਕੇ ਸੂਰਜ ਛਿਪਦਾ ਅਤੇ ਅੱਜ ਦੀ ਵੀਡੀਓ ਦੀ ਆਪਾਂ ਕਰਦੇ ਹਾਂ ਸਮਾਪਤੀ ਬਸ ਕੰਮ ਵੀ ਖਤਮ ਹੋ ਚੱਲਾ 2-3 ਹੀ ਫਾਂਟਾਂ ਰਹਿ ਗਈਆਂ ਅਤੇ ਹੋਰ ਵੀ ਜਦੋਂ ਕੰਮ ਕਰਾਂਗੇ ਆਪਾਂ ਉਹ ਵੀ ਦਿਖਾਲਾਂਗੇ ਬਸ ਹੋ ਚੱਲਾ ਖਤਮ ਕੰਮ ਅਤੇ ਚਲੀਏ ਘਰ ਨੂੰ ਫਿਰ ਹੁਣ ਤੁਹਾਨੂੰ ਹੋਰ ਵੀ ਦੱਸਾਂਗੇ ਇਨਫੋਰਮੇਸ਼ਨ ਜਿੰਨਾ ਕੁ ਵੀ ਪਤਾ ਇੱਥੇ ਦੇ ਪੇਪਰਾਂ ਬਾਰੇ ਵੀ ਆਪਾਂ ਦੱਸਾਂਗੇ ਕਿੰਨੇ ਕੁ ਬਣਦੇ ਆ ਕਾਰਡ 2 ਕੁ ਸਾਲਾਂ ਦੇ ਵਿੱਚ ਬਣ ਜਾਂਦਾ ਜੇ ਆਪਾਂ ਫਾਰਮ ਦੇ ਵਿੱਚ ਕੰਮ ਕਰਦੇ ਹਾਂ ਅਤੇ 6-6 ਮਹੀਨੇ ਬਾਅਦ ਜਦੋਂ ਪੇਪਰ ਰੀਨਿਊ ਹੁੰਦੇ ਰਹਿੰਦੇ ਹੈ ਨਾ ਅਤੇ ਆਪਣੇ ਸਾਰੇ ਡਾਕੂਮੈਂਟ ਬਣਦੇ ਆ ਇਹ ਮੈਡੀਕਲ ਕਾਰਡ ਬਣਦਾ ਆ ਅਤੇ ਬੈਂਕ ਦੇ ਪੇਪਰ ਬੈਂਕ ਦਾ ਜਿਹੜਾ ਹੁੰਦਾ ATM ਕਾਰਡ ਉਹ ਵੀ ਬਣਦਾ ਸਾਰਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਅਤੇ ਉਹ ਇੱਕ ਵਲੌਗ ਆਪਾਂ ਪੂਰਾ ਬਣਾਵਾਂਗੇ ਉਹ ਦੱਸਾਂਗੇ ਸਿਰਫ ਪੇਪਰਾਂ ਬਾਰੇ ਲੋ ਵੀ ਆਪਣਾ ਕੰਮ ਖਤਮ ਹੋ ਗਿਆ ਆ ਪਿੱਛੇ ਆ ਸਦਾਈ ਸਾਡੇ ਨਾਲ ਤੁਰਿਆ ਆ ਇਹਨੂੰ ਪਤਾ ਨਹੀਂ ਹੈ ਕੀ ਬੋਲਣਾ ਇਹ ਫੱਟੀ ਫਰਾਉਂਦਾ ਸਾਡੇ ਤੋਂ ਰੋਜ਼ ਹੀ 8:30 ਹੋ ਗਏ ਕੰਮ ਖਤਮ ਹੁਣ ਆਪਾਂ ਚੱਲੇ ਹਾਂ ਘਰ ਨੂੰ ਆ ਬੰਦੇ ਆਏ ਸੀ ਨਾਲ ਕਹਿੰਦੇ ਭਾਅ ਜੀ ਸਾਡੀ ਵੀਡੀਓ ਵਿੱਚ ਲੈ ਲਿਓ 1 ਲੱਖ ਬੰਦੇ ਨੇ ਤੁਹਾਡੀ ਵੀਡੀਓ ਦੇਖੀ ਆ ਉਹਦੇ ਆਵਾਸੀਆਂ ਮਾਰਦੇ ਆ 40 ਬਹੁਤ ਹੁੰਦੇ ਆ 40 ਵੀ ਬਹੁਤ ਹੁੰਦੇ ਆ ਧੰਨਵਾਦ ਜੀ ਸਾਰਿਆਂ ਦਾ ਜਿੰਨਿਆਂ ਨੇ ਵੀ ਵੀਡੀਓ ਦੇਖੀ 40 ਜਾਣਿਆਂ ਨੇ ਸਾਡੀ ਪਹਿਲੀ ਵੀਡੀਓ ਦੇਖੀ ਅੱਗੇ ਵੀ ਹੋਰ ਦੇਖੂਗੇ